बैठे रहो गड्डी अगु आगा पटेज पवे वाल अच्छा भलाका तेरे वाले पट्टा वाल दा रीजर चले लगा दे ई आप उते चढ़ दे छत लड़ी लहे ना खड़े ए देखो और गड्डी आप आंदी भी आप उते चढ़ दे रे यो कीती वेने वे इको आके सबर कर के मैं आंदा बेहटे ना सबर नहीं थी आ गया लेकिन मैं लड़के ने सॉन्ग चला के मेरे को कॉपीराइट मरवावणे मरवावणे ਇਹ ਤਾਂ ਜ਼ਿੱਦ ਕਰ ਗਈ ਅਗਲੀ ਵਾਰ ਰਿਜ਼ਵਾਨ ਭਾਈ ਨੇ ਮੈਂ ਕਿਤੇ ਅੱਜ ਗਫਰਾਨ ਭਾਈ ਮੈਂ ਕਰਨਾ ਭਾਈ ਜ਼ਰਾ ਯਾਰ ਯਾਦ ਕਰੋ ਜਮੇ ਕੋ ਨਵਾਂ ਹੈ ਮਸਲਾਂਗਮ ਪਿਆਰੇ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਮਾਰਕਾ ਖੈਰ ਖੈਰੀਅਤ ਤੇ ਖੁਸ਼ ਰਹੋ ਹਸਤੇ ਰਹੋ ਵਸਤੇ ਰਹੋ ਸ਼ਾਦ ਰਹੋ ਆਬਾਦ ਰਹੋ ਵੈਲਕਮ ਬੈਕ ਟੂ ਆ ਬ੍ਰੈਂਡ ਨਿਊ ਵਲੌਗ ਤੇ ਵਲੌਗ ਦੀ ਸ਼ੁਰੂਆਤ ਕਰਨ ਨੂੰ ਪਹਿਲਾਂ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰੋ ਤਾਂ ਇਹ ਆਪਾਂ ਚਾਹ ਕੀਤਾ ਇਸਕਰੂ ਚਾਉਣਾ ਆ ਯਾਰ ਮੈਂ ਕਿਉਂਕਿ ਨਿਸ਼ਾਨ ਭਾਈ ਚਾਹ ਦੇ ਆ ਗਏ ਵੇ ਮਤਲਬ ਰੀਜਰ ਚਾਹ ਦੇ ਆ ਕੇ ਰੀਜਰ ਮਰੇ ਨੇ ਪਏ ਥੋੜ੍ਹੀ ਉਹਨੀ ਸੈਟਿੰਗ ਬਣਾਉਂਦੀ ਪਈ ਹੈ ਸੈਟਿੰਗ ਕਾਰਡ ਦੇ ਖੇਲਾਂ ਦੇ ਮੁਤਾਬਿਕ ਵੱਲ ਰੀਜਰ ਸ਼ੁਰੂ ਕਰੇ ਸੀ ਇਹ ਦੇਖੋ ਸਾਰੇ ਇਕੱਠੇ ਦੇਖਣੇ ਇਹ ਘਿਨੋ ਬਿਹਤਰੀਨ ਬਣਾਏ ਹੋਏ ਬਾਹਰ ਚਾਹ ਜਿਹੜੇ ਛੋਟੇ ਛੋਟੇ ਵਿੱਚ ਚੱਕ ਲੈ ਪੂਰੀ ਦਿਨਾ ਉਹ ਸਾਉ ਟੈਨਸ਼ਨ ਛੋੜੋ ਹੁਣ ਪਰਾਂ ਖੋਲ ਗਏ ਹੁਣ ਨਹੀਂ ਮੈਂ ਦੇਖਣਾ ਸਿਰਫ ਇੱਥੋਂ ਜਿਓ ਬਾਕੀ ਕੰਮ ਛੋੜੋ ਹੁਣ ਤਾਂ ਖੁੱਲਦੀ ਪਈ ਹੈ ਓਏ ਇਗਨਾ ਕਰ ਸ਼ੋਰ ਆਂਦੇ ਸ਼ੋਰ ਆਂਦੇ ਯਾਰ ਇਹ ਚਾਹ ਗਏ ਨਾ ਹੁਣ ਤੱਕ ਨਹੀਂ ਨਹੀਂ ਮੇਰੀ ਮਿੱਟੀ ਥੋੜ੍ਹਾ ਲਾਉਂਦੇ ਹੋ ਚੱਲ ਹਾਏ ਦੋਸਤੋ ਮੇਰਾ ਅਦਨਾਨ ਸਾਹਿਬ ਦੇ ਮੈਂ ਮੈਨੇ ਪਏ ਫਾਲੇ ਖੋਲਣ ਹਲ ਦੇ ਉਹ ਫਾਲੇ ਖੋਲਦੇ ਸਨ ਆਪਣੇ ਰੀਜਰ ਕੋ ਕਿਥ ਕੋ ਫਾਲਾਂ ਕੋ ਓਏ ਇਹਦਾ ਕਿਹੀ ਸੱਟਾਂ ਹੀ ਕਿਨ ਚੱਤ ਬਿਨਾ ਅਸਨ ਖੋਲਦਾ ਨਹੀਂ ਬੈਠਾ ਰੀਜਰ ਜੋਗੇ ਇਹ ਕੋੜਾ ਪੀਸ ਹੈ ਚਲੋ ਪੀ ਪੀ ਦੋਸਤੋ ਸਾਰਾ ਇੱਥੋਂ ਪਾਣੀ ਕੋੜਾ ਇਹ ਸਭ ਭਾਵੇਂ ਨਹਿਰ ਨਜ਼ਦੀਕ ਹੈ ਲੇਕਿਨ ਪਾਣੀ ਕੋੜਾ ਇੱਥੋਂ ਦਾ ਚੋਖੇ ਖੋਲੇ ਨਹੀਂ ਆਸਾਂ ਤੇਰੇ ਆਸਰੇ ਦੇ ਉੱਥਾਂ ਝੱਟ ਲਾਇਆ ਵੀ ਚਲੋ ਖੋਲ ਦੇ ਆਇਆ ਛੂਰ ਤੈਂ ਠੀਕ ਕਿਤੇ ਵੱਲ ਅੱਛਾ ਇਹ ਤਾਂ ਤੇਰੇ ਹੱਥ ਕੜੇ ਤੈਂ ਚਲੋ ਲੱਗ ਗਈ ਕੋ ਅੱਗੂ ਹੁਣ ਕਿਹੜੇ ਖੋਲੂ ਫਾਲੇ ਪਿਛਲੇ ਅਗਲੇ ਇਹ ਖੋਲ ਗਈ ਦੇ ਤਲਵਾ ਨੱਠ ਖੜੇ ਨਾ ਇਹ ਪਕੜੇ ਨਵਾਂ ਸਕਰੂ ਸ਼ੁਰੂ ਥੀ ਇਹ ਤਾਂ ਪਕੜ ਮੈਂ ਪਾਣੀ ਛੱਡਿਆ ਨਾ ਹੁੰਦਾ ਤੇ ਇਹ ਪਕੜ ਪਿੱਛਾ ਦੇ ਵਾਨੋ ਉਲਟਾ ਕਰੇ ਨਹੀਂ ਮੈਂ ਉਲਟਾ ਉਲਟਾ ਕਰੇ ਨੇ ਚਲੋ ਠੀਕ ਹੈ ਉਹ ਪਰਾਂ ਦੀ ਛੀ ਮੈਨੂੰ ਹੁਣ ਉਲਟਾ ਇਹ ਨਟ ਚਾ ਕੇ ਨਿਡੂ ਤਰਾ ਬਹੁ ਲੋ ਤਰਾ ਲਓ ਹੀ ਮੈਂ ਉਹ ਖੋਲ ਯਾਰ ਖੋਲ ਉਹ ਜਿਵੇਂ ਖੋਲੀ ਬਲਕਾਸ ਨਾ ਕਿਨ ਸੂ ਇਹ ਤੇਰਾ ਨਟ ਘੁੰਮਦਾ ਪਿਆ ਹਸਨ ਯਾਰ ਇਹ ਜਲ ਦੇ ਖੋਲ ਹੋਰ ਤਰ ਡੇ ਖੜੀ ਮੈਂ ਹੁਣ ਠੀਕ ਖਣੇ ਮਾਸ਼ਾਅੱਲਾ ਵੀ ਜਵਾਨ ਸ਼ੁਰੂ ਠੀਕ ਹੈ ਤ੍ਰੀਏ ਜਵਾਨ ਲੈਣ ਵਿੱਚ ਗਿਣੋ ਗਫਰਾਨ ਆਈਓ ਇਹ ਹਿੰਦੇ ਹਨ ਕਿਹੜਾ ਜਰੀ ਜਰੀ ਕਾਂ ਜਰੀ ਜਰੀ ਆਉਂਦੀ ਔਰ ਸਾਂ ਗਛਾਣਾ ਨਹੀਂ ਖੰਦੀ ਪਾਣੀ ਭਰ ਆ ਤੇ ਬਰਾ ਵੀ ਖੇਣਾ ਆ ਤੇ ਬਰਾ ਥੋੜੀ ਨਹੀਂ ਆਈ ਈ ਆ ਤੇ ਪੂਰਾ ਕੂਲਰ ਚ ਭਰਿਆ ਆਈ ਜਨਾਬ ਨਾ ਹਸਤਿਆਂ ਔਰ ਪਾਣੀ ਕਿਹੜਾ ਠਰ ਆ ਇਹਨੇ ਕਹਿਣਾ ਥੀ ਆਏ ਸੋਣਾ ਔਰ ਕੌਣ ਆ ਯਾਰ ਜਿਹੜੀ ਤੇ ਠਰ ਆ ਉਹਨਾਂ ਨੂੰ ਅੱਧਾ ਜ਼ਿਆਦਾ ਠੰਡਾ ਵੀ ਆਵਾਮ ਪੀ ਨਹੀਂ ਖੜੀ ਅੱਜ ਕੱਲ੍ਹ ਸਾਟੀਡੇ ਓਏ ਇਹਨੇ ਗੱਡੀ ਸਟਾਰਟ ਖੜੀ ਹੋਈ ਲੀਵਰ ਕਿਤਨਾ ਵਜ਼ਨ ਚ ਆ ਗਈ ਸੀ ਚੋਖਾ ਵਜ਼ਨ ਚ ਆ ਗਈ ਸੀ ਜਿਵੇਂ ਜਿਵੇਂ ਸਟਾਰਟ ਖੜੀ ਹੈ ਬੈਠੇ ਰਹੋ ਗੱਡੀ ਅੱਗੂ ਆਗਾ ਪਟੇਜ ਪਵੇ ਵਾਲ ਅੱਛਾ ਭਲਾਕਾ ਤੇਰੇ ਵਾਲੇ ਪੱਟਾ ਵਾਲ ਦਾ ਰੀਜਰ ਚੱਲੇ ਲਗਾ ਦੇ ਇਹ ਨਾਟਕ ਇਹ ਉਤਲਾ ਨਾਟ ਖੜੀ ਹੋਈ ਇਹ ਚੂਹਾ ਦੇ ਕੰਮ ਆਉਣ ਅਗੇਨ ਕੰਮ ਨਹੀਂ ਆਉਂਦਾ ਇਹ ਨਾਟਕ ਆ ਸਾਧਨਾ ਖੁਸ਼ ਸੀ ਨਾ ਖੜੀ ਨਾਟ ਨੂੰ ਭਾਂਡੇ ਤੇ ਸੀ ਆ 40 ਰੁਪਏ ਦੇ ਮੈਂ ਚਲਾੜ ਬਸ
ਪੱਕਾ ਹੀ ਉਹ ਖੜਾ ਨਹੀਂ ਕਹਿਣਗੇ ਹੋ ਗਿਆ ਬੇਟੇ ਵੇ ਚਲੋ ਜੀ ਭਾਇਆ ਹੁਣ ਸ਼ੁਰੂ ਥੀਂਦਾ ਪਏ ਰੀਜਰ ਬਿਸਮਿਲ੍ਲਾ ਰਹਿਮਾਨ ਰਹੀਮ ਚਲੇ ਮਾਂ ਚਲੋ ਬਹਿ ਕੇ ਸੋ ਠੀਕ ਹੈ ਮੇਰੇ ਕੋਲ ਲੱਗਦੇ ਰਾਤ ਅੰਧਾਰੀ ਕਿਉਂ ਲਾੜਾ ਚਿੜੇ ਗਿਆ ਅਤੇ ਪਹਾੜ ਦੇ ਵਿੱਚ ਆਉਣਾ ਆਈ ਲੇਕਿਨ ਬੱਚਾ ਠੀਕ ਹੀ ਹੈ ਹੁਣ ਅਗਰ ਅਗਲੀ ਅੰਧਾਰੀ ਖੁਦਾ ਨਾ ਖਾਸਾ ਆਈ ਤਾਂ ਲਾੜਾ ਵਿੱਚ ਹੋਵੇ ਪਹਾੜ ਦੇ ਵਿੱਚ ਡਰੈਕਟ ਵਿੱਚ ਆ ਸੀ ਗਿਆ ਪੁਲੀ ਛੁਲੀ ਬੰਨੀ ਵੇ ਜੀ ਬਸ ਤੂੰ ਕਹਿੰਦੇ ਖੜੇ ਬਈ ਕਿਹੜੀ ਕੂਟ ਹੈ ਰਸਾ ਬਾਤ ਹੈ ਕਿਹੜੀ ਕਾਲ ਹੈ ਬੜਾ ਚੈੱਕ ਓਏ ਹੋਏ 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 ਪਰੀ ਖੋਲ ਸੱਟੀ ਸੈ ਹੁਣ ਫਲ ਲਈ ਉਹਨੇ ਜੁੱਤੀ ਚੈੱਕ ਕਰੋ ਯਾਰ ਇਡੂ ਡੇ ਕੋ ਜੁੱਤੀ ਕਮਾਲ ਦੀ ਮੇਰੀ ਚਾਸਤੀ ਸਵੇਰ ਦਾ ਬਲਕਿ ਤਰਾੜੀ ਮਾਰਾ ਤੇ ਟਾਲਾ ਪਾ ਦੇ ਵਧਾ ਸੀਗਾ ਅਸਲ ਮੇਰੀ ਜੁੱਤੀ ਹੈ ਬਈ ਅਸਲ ਨਾਜ਼ੁ ਮੈਂ ਖਾ ਦੇ ਬੈਠਣੇ ਪਾਉਣਾ ਨਹੀਂ ਚਾਹੁੰਦਾ ਪਾ ਗਈ ਜੇ ਵਾਲਾ ਤਰੋੜ ਤੇ ਦਰਖਤੀ ਇਹ ਕੋ ਬਟੇਰਾ ਲੱਗਾ ਪੇ ਊਂ ਕੋ ਬਟੇਰਾ ਲੱਗਾ ਪੇ ਤੂੰ ਕਿਆ ਦੇਦਾ ਬੈਠੇ ਚਲੋ ਵੀਰੇ ਸ਼ਾਬਾਸ਼ ਯਾਰ ਵੱਲ ਪੌਦੇ ਦਾ ਅਰਮਾਨ ਪੌਦਾ ਤਰੁੱਟ ਗਏ ਅਰਮਾਨ ਲੱਗ ਗਿਆ ਨਿੱਕੀ ਨਿੱਕੀ ਮਿਹਨਤ ਹੁੰਦੀ ਇਹਦੇ ਪਿੱਛੋਂ ਵੱਲ ਤਰੁੱਟ ਦੇਣ ਲੈਕਿਨ ਕੋਈ ਨਹੀਂ ਇਹ ਜ਼ਿਕਰ ਸਿਰਫ ਇੱਕ ਜੱਟ ਰੱਖਦੇ ਗਏ ਯਾਰ ਜਿਹਦੀ ਪੌਦੇ ਤਰੁੱਟ ਵੇਣ ਅੱਲਾਹ ਤਾਲਾ ਉਸ ਦੀ ਵੱਲ ਬਰਕਤ ਹੀ ਪਾ ਦੇਣ ਬਾਅਦ ਪਿਛਲਾ ਫਲ ਆਖਰੀ ਲੱਗਦਾ ਗਿਆ ਨਹੀਂ ਹੁੰਦਾ ਕੋੜ ਇੱਕ ਵਿੱਚ ਪੌਦੇ ਪਰਿੰਦੇ ਦੇਖੋ ਯਾਰ ਇਹ ਵਧਣ ਤੇ ਚਸ ਚਸਤੇ ਆ ਅਸਲ ਇਸ ਵਿੱਚ ਛੋਟਾ ਛੋਟਾ ਬੀਜ ਨਿਕਲਦੇ ਨਾ ਖਾਣ ਛੂਰ ਆਇਆ ਖੜੇ ਯਾਰ ਪਾਣੀ ਪੀਂਦੇ ਤੈਨੂੰ ਪਾਣੀ ਪੀ ਲੈਣੇ ਇਹ ਗੱਡੀ ਕੱਢੂ ਕੱਢੂ ਬਿਸਮਿਲ੍ਲਾ ਰਹਿਮਾਨ ਰਹੀਮ ਓਏ ਕਹਿ ਓ ਟਾਪ ਲੈਣ ਕਹਿਣਾ ਚਾਹ ਸੀ ਟਾਪ ਲੈਣ ਚਾਹ ਟਾਪ ਲੈਣ ਲਓ ਟਾਪ ਲੈਣ ਚਾਹ ਜਲਦੀ ਜਲਦੀ ਚਲੋ ਭਾਈ ਬਿਸਮਿਲ੍ਲਾ ਰਹਿਮਾਨ ਰਹੀਮ ਆਈ ਦਾ ਨਹੀਂ ਉੱਥੇ ਆਪ ਉੱਤੇ ਚੜ੍ਹਦੇ ਛੱਤ ਲੜੀ ਲੈ ਨਾ ਖੜੇ ਇਹ ਦੇਖੋ ਹੁਣ ਗੱਡੀ ਆਪ ਆਉਂਦੀ ਵੀ ਆਪ ਉੱਤੇ ਚੜ੍ਹਦੇ ਵੇ ਯੋਗ ਕੀਤੀ ਪੈਂਦੇ ਵੇ ਇੱਕ ਆ ਕੇ ਸਬਰ ਕਰਕੇ ਮੈਂ ਆਉਂਦਾ ਵੀ ਹਾਂ ਢੇ ਨਾ ਸਬਰ ਨਹੀਂ ਥੀ ਆ ਗਿਆ ਲੇਕਿਨ ਮੈਂ ਚਲੋ ਰੀਜਰ ਦਾ ਲੱਗ ਗਿਆ ਬਸ ਵਾਰਡ ਖਰਾਬ ਉੱਥੇ ਆਖਰੀ ਖੇਲ ਹੈ ਆਖਰੀ ਖੇਲ ਲੁਚਾਉਣੀ ਗੱਡੀ ਵੱਲ ਜਾਂਦੇ ਮਗਰ ਯਾਰ ਆਲਮੋਸਟ ਥੀਵਣ ਵਾਲੀ ਹੈ ਮੌਸਮ ਚੈੱਕ ਕਰੋ ਇੱਥੋਂ ਨਾ ਹੀ ਅਸਮਾਨ ਹੈ ਝਾੜ ਬਣਿਆ ਖੜੇ ਮਰੀ ਗਿਆ ਮੌਸਮ ਬਣਿਆ ਖੜੇ ਟੋਟਲ ਪੂਰੇ ਇਲਾਕੇ 'ਚ ਸੂਰਜ ਇੱਥਾਂ ਬਸ ਗੁੰਮ ਥੀ ਗਏ ਵੇ ਕਸ਼ਨੀਆ ਬੱਚੀ ਸੂਰਜ ਦੀ ਅੱਜ ਅਤੇ ਟਾਈਮ ਥੀ ਗਿਆ ਤਕਰੀਬਨ 7:15 ਦਾ ਲੜਕੇ ਨੇ ਸੌਂਗ ਚਲਾ ਕੇ ਮੇਰੇ ਕੋਲ ਕਾਪੀ ਰਾਈਟ ਮਰਵਾਉਣੇ ਇਹ ਤਾਂ ਜ਼ਿੱਦ ਕਰ ਗਈ ਅਗਲੀ ਵਾਰ ਰਿਜ਼ਵਾਨ ਭਾਈ ਨੇ ਮੈਂ ਕਿਤੇ ਅੱਜ ਗਫਰਾਨ ਭਾਈ ਮੈਂ ਕਰਨਾ ਪਏ ਜ਼ਰਾ ਯਾਰ ਯਾਦ ਕਰੋ ਜਾ ਮੇਰੇ ਕੋਲ ਓਹ ਜਿਵੇਂ ਮੇਰੀ ਦਿਲ ਦੀ ਕਾਉਂ ਤਾਈਂ ਪਹੁੰਚ ਗਈ ਯਾਰ ਉਹਨਾਂ ਸੁਣ ਗਈ ਦੀ ਹੈ ਸੌਂਗ ਬਣ ਕੇ ਬੰਦ ਕਰ ਦਿੱਤੇ ਜਵਾਨ ਚਲੋ ਅੱਛੀ ਗੱਲ ਹੈ ਨਾ ਵੈਰੀ ਗੁੱਡ ਇਹ ਹੋ ਗਿਆ ਸਾਰਾ ਆਖਰੀ ਉਰਾ ਫਾਈਨਲ ਅਤੇ ਰੀਜਰ ਮਰੀਜ਼ ਗਿਆ ਮੈਂ ਇੱਕ ਅੱਧੀ ਵੀਡੀਓ ਵੀ ਐਡਿਟ ਕਰ ਕੀਤੀ ਹੈ ਥੋੜ੍ਹੀ ਬਹੁਤ ਓਏ ਮੁਕਾਏ ਕਾਪੀਰਾਈਟ ਆ ਰਹੀ ਸੀ ਬੰਦ ਕਰ ਦਾ ਕਾਪੀਰਾਈਟ ਆ ਰਹੀ ਸੀ ਵਾਲ ਵੀਡੀਓ ਦਾ ਕੋਈ ਫਾਇਦਾ ਕਹਿੰਦਾ ਪਾਉਂਦੀ ਪਰ ਰੋਕਣਾ ਕਿਆ ਨਹੀਂ ਮਿਲਦਾ ਇਹ ਨਹੀਂ ਹੈ ਲੱਗਣ ਵਾਲ ਸੀਨ ਖਰਾਬ ਥੀਂਦਾ ਨਾ ਤੂੰ ਆ ਤੇ ਮਸੇ ਖਣੀ ਯਾਰ ਚੰਦ ਠੀਕ ਹੈ ਫਾਈਨਲ ਲਈ ਮੈਂ ਇਹ ਕਿਤੀ ਮਰੀ ਜੇ ਹੁਣ ਕਿਲਾ ਡੂ ਕਿਲੇ ਡੂ ਕਿਲੇ ਯਾਰ ਫਾਈਨਲ ਥੀ ਗਿਆ ਮਗਰ ਦੀ ਅਜ਼ਾਨਾਂ ਵੀ ਸ਼ੁਰੂ ਥੀ ਗਏ ਅਤੇ ਗਫਰਾਨ ਭਾਈ ਨੇ ਡੂ ਕਿਲੇ ਰੀਜਰ ਖਤਮ ਕੀਤੇ ਚਲੋ ਰੀਜਰ ਦੀ ਸੈਟਿੰਗ ਕਰਨ 'ਚ ਦੇਰ ਲੱਗੀ ਹੈ ਲੇਕਿਨ ਕੰਮ ਜਲਦੀ ਨਹੀਂ ਬੜ ਗਏ ਵੇ ਹੁਣ ਜਾਣ ਡਰਾਈਵਰ ਸਾਹਿਬ ਸਾਡਾ ਇਮਰਾਨ ਹਾਸ਼ਮੀ ਤਲੇ ਲਾਇਆ ਹੈ ਅਤੇ ਡੂ ਮਾਮੂ ਹੋਰਾਂ ਦੀ
आई गए ऑलमोस्ट दुए अंच अंच क्यों आने पेनो देखे दुए अंच अंच क्यों आने पेन कपाल मालक बार बार कपाल अभी है कपाल है तब तो दुए हैं मालक पे ओए होए ਜਦਾ ਬਲੱਡ ਪ੍ਰੈਸ਼ਰ ਹਾਈ ਥੀ ਦੇ ਉੱਤੇ ਵਧੇ ਜਦਾ ਬਲੱਡ ਪ੍ਰੈਸ਼ਰ ਠੀਕ ਕਰੇ ਚੁਹਾਲਾ ਜਦੋਂ ਤੱਲੇ ਵਧੇ ਜਨ ਹਾਈ ਥੀ ਆਵਦਾ ਸੀ ਉੱਤੇ ਗਿਆ ਵਧੇ ਠੀਕ ਹੈ ਗਾਣੀ ਬਾਤੀ ਉਸਨ ਕਿਤੇ ਉਸਨ ਬਲੱਡ ਅਗਾਂ ਪਿਛਾ ਠੀਕ ਹੈ ਦੋਹਾਂ ਫਿਰ ਆਉਂਦਾ ਚੱਲੇ ਕੋਈ ਨਹੀਂ ਐਸਾ ਹੁੰਦਾ ਆਏ ਤੇਰਾ ਤਾਂ ਆਈਫੋਨ ਖੜਿਆ ਦਰਾਂ ਆਈਫੋਨ ਚਮਕਾਈ ਖਣੇ ਤੇਰਾ ਠੰਡਾ ਸਾਹ ਨਿਕਲ ਗਿਆ ਆਈਫੋਨ ਦੇ अच्छा वीरो मगरब तो वैसे ठीक है मगरब को हर कहीं घर चले बजना चाहिए थे असा खड़े व्लॉग बने थे चले मगरब ने अजाना में थी ना पेन अजाना मिलन के पहले मिलो व्लॉग एंड कर खट्टा तू काट दे मैं व्लॉग दा एंड करना पिया यार व्लॉग दे थे एंड करने सवेरे इंशाल्लाह खूबसूरत ये व्लॉग मिलसु ये व्लॉग को लाइक करो चा चैनल को सब्सक्राइब कर दे लाजमी कमेंट से अपनी राय दा इजहार करा यार थोड़ा जे रीचार्ज दी सेटिंग दा व्लॉग लंबा हो सी गया लेकिन कोई नहीं यार थोड़ा जे समझे करो यार सीन अच्छे हो बेहतर है तो दिखाऊं ताकि तुम जट की एक तकलीफ समझो ठीक है सवेरे मिलते खूबसूरत न्यू व्लॉग तब तक दो इजाजत अल्लाह हाफिज़ बाय बाय।